ਹੈ ਮੈਨੂੰ ਮੇਰੇ ਨਾਲ ਦੇ ਨੂੰ ਫੋਨ ਲਾ ਕੇ ਕਹਿੰਦਾ ਕਹਿੰਦਾ ਰਫਤਾਰ ਨੂੰ ਸਮਝਾ ਲਓ ਨਹੀਂ ਗੋਲੀ ਮਾਰ ਦਾਂਗੇ ਇਹਦੇ ਆ ਬਾਈ ਤੁਹਾਡੇ ਵਰਗਿਆਂ ਨੇ ਪਹਿਲਾਂ ਹਫ਼ਤਾ ਪਹਿਲਾਂ ਮੇਰੀ ਗੱਡੀ ਭੰਨੀ ਆ ਇਦੋਂ ਪਹਿਲਾਂ ਤਿੰਨ ਵਾਰ ਮੇਰੀਆਂ ਗੱਡੀਆਂ ਭੰਨ ਗਏ ਸਾਹਮਣੇ ਲਿਆਓਗੇ ਬੰਦੇ ਨੂੰ ਆ ਨੰਬਰ ਨੋਟ ਕਰਾ ਦੇ ਵੀਡੀਓ 'ਚ ਇਹਨਾਂ ਦਾ ਆਇਆ ਹੋਇਆ ਇਹਨਾਂ ਦਾ ਕੱਢਦਾ ਜਲੂਸ 62 8 47 23 4 95 ਆਹ ਨੰਬਰ ਆ ਬਾਈ ਵੀਡੀਓ 'ਚ ਦੇਖ ਲਓ ਨਹੀਂ ਨਹੀਂ ਮੈਂ ਤਾਂ ਅਸੀਂ ਚੱਲਣਾ ਮੈਨੂੰ ਫਿਰ ਫੋਨ ਕਾਹਦੇ ਲਈ ਲਾਉਣੇ ਹੋ ਤੁਸੀਂ ਮੈਨੂੰ ਜਾਣਦੇ ਹੋ ਮੈਂ ਕੌਣ ਆ ਜਾਂ ਮੈਂ ਤੁਹਾਨੂੰ ਜਾਣਦਾ ਹੋਵਾਂ ਲੈਬੀਆਂ ਤੋਂ ਛੱਡ ਚਾਹੇ ਸਾਰੇ ਮੁਲਕ ਤੋਂ ਕਰਾਈ ਜਾ ਆਪਾਂ ਨੂੰ ਕੋਈ ਚੱਕਰ ਨਹੀਂ ਉਹ ਮੈਂ ਤਾਂ ਕੋਈ ਗੱਲ ਨੀ ਖੂਨ ਮੇਰਾ ਤਾਂ ਬਾਲੇ ਮਾਰਦਾ ਹੀ ਮਾਰਦਾ ਤੇਰਾ ਬਾਲਾ ਜ਼ਿਆਦਾ ਮਾਰਦਾ ਠੀਕ ਆ ਨਾ ਪਹਿਲਾਂ ਮੇਰੀ ਗੱਲ ਸੁਣੋ ਤੁਹਾਡੇ ਤੋਂ ਪੁੱਛਣਾ ਜਿਹੜੀਆਂ ਤੂੰ ਗੱਲਾਂ ਕਹੀਆਂ ਸੀ ਗੋਲੀ ਮਾਰਨ ਦੀਆਂ ਇੰਨਾ ਦਮ ਹੈ ਤੇਰੇ 'ਚ ਤੂੰ ਗੋਲੀ ਮਾਰ ਜੇ ਮੇਰੇ ਨਹੀਂ ਨਹੀਂ ਗੱਲ ਹੁਣ ਆਈ ਨਹੀਂ ਮੁੱਕਣੀ ਗੱਲ ਮੁੱਕਣੀ ਆ ਆਪਣੀ ਥਾਣੇ 'ਚ ਤੇ ਮੈਂ ਤਾਂ ਬਹੁਤ ਕਲਪਿਆ ਪਿਆ ਤੀਜੇ ਦਿਨ ਮੇਰੀ ਗੱਡੀ ਭੰਨ ਜਾਂਦੇ ਹੋ ਠੀਕ ਆ ਹੁਣ ਆਪਾਂ ਗੱਲ ਕਲੀਅਰ ਕਰ ਹੀ ਲੈਂਦੇ ਹਾਂ ਤੁਸੀਂ ਕੌਣ ਹੋ ਕੀ ਰੌਲਾ ਪਹਿਲਾਂ ਮੇਰੇ ਯਾਰ ਦੋਸਤ ਨੂੰ ਫੋਨ ਲਾਇਆ ਕਹਿੰਦੇ ਰਫਤਾਰ ਨੂੰ ਸਮਝਾ ਲੈ ਇਹਦੇ ਗੋਲੀ ਮਾਰ ਦਾਂਗੇ ਵੀ ਗੋਲੀ ਮਾਰਨ ਦੇ ਲਈ ਵੀ ਸਾਲਿਓ ਐਡਾ ਦਿਲ ਚਾਹੀਦਾ ਮੇਰੇ ਮੂਹਰੇ ਤਾਂ ਆਓ ਵੀ ਆ ਕੇ ਇੱਥੇ ਕਰੋ ਮੇਰੇ ਨਾਲ ਗੱਲਬਾਤ ਜਿਹੜੀ ਕਰਨੀ ਆ ਤੀਜੇ ਦਿਨ ਤਪਾਇਆ ਪਿਆ ਵੀ ਇਹਨਾਂ ਨੇ ਤਾਂ ਖੇਡ ਹੀ ਸਮਝ ਲਈ ਵੀ ਰਫਤਾਰ ਤਾਂ ਉਈ ਤੁਰਿਆ ਫਿਰਦਾ ਵੀ ਇਹਨੂੰ ਐਂ ਦਬਾਲਾਂਗੇ ਇਹ ਬੈਮ ਕੱਢ ਦਿਓ ਵੀ ਆ ਤੁਹਾਡੀਆਂ ਲੰਡੂ ਧਮਕੀਆਂ ਦੇ ਨਾਲ ਮੈਂ ਦਬ ਜੂੰਗਾ ਜਾਂ ਤੁਸੀਂ ਵੀ ਮੈਨੂੰ ਮਾਰ ਕੇ ਮੇਰੀ ਆਵਾਜ਼ ਦਬਾਲੋਗੇ ਇਹ ਵੀ ਤੁਸੀਂ ਬਹਿਮ ਆਪਦੇ ਦਿਮਾਗ 'ਚੋਂ ਕੱਢ ਦਿਓ ਜੇ ਇੱਕ ਰਫਤਾਰ ਮਰ ਗਿਆ ਪਿੱਛੇ ਬਥੇਰੇ ਨੇ ਪਿੱਛੇ ਬਥੇਰੇ ਬੈਠੇ ਆ ਕੀ ਧਮਕੀਆਂ ਦੇਈ ਜਾਂਦਾ ਜਾਂ ਤਾਂ ਤੂੰ ਕਹਿੰਦੇ ਵੀ ਤੈਨੂੰ ਖੱਜਲ ਕਰਨਾ ਦੇਖ ਬਾਈ ਤੇਰੇ ਵਰਗਿਆਂ ਦੇ ਫੋਨ ਆਉਂਦੇ ਆ ਬਥੇਰੇ ਮੇਰੀ ਗੱਲ ਸੁਣ ਹਾਂ ਹਾਂ ਸੁਣਾ ਧੰਨਵਾਦ ਹਾਂ ਗ੍ਰਿਫਤਾਰ ਤੂੰ ਕਰਾ ਦੇ ਫਿਰ ਆ ਦੇਖ ਲੈ ਕੱਟ ਗਿਆ ਫਿਰ ਇਹਨੇ ਨਾ ਇਹ ਜਿਹੜੇ ਬੰਦੇ ਦਾ ਫੋਨ ਆਇਆ ਮੈਨੂੰ ਆ ਵੀਡੀਓ 'ਚ ਦਿਖਾ ਦੇ ਆ ਫੇਰ ਆ ਗਿਆ ਰੁਕ ਗਿਆ ਹੈਲੋ ਮੈਨੂੰ ਤਾਂ ਕੁਛ ਨੀ ਤੂੰ ਦੱਸ ਦੇ ਤੈਨੂੰ ਕੀ ਦੁੱਖ ਤਕਲੀਫ ਆ ਤੂੰ ਪਹਿਲਾਂ ਮੇਰੇ ਨਾਲ ਦਿਆਂ ਨੂੰ ਫੋਨ ਲਾਈ ਜਾਂਦਾ ਮੈਨੂੰ ਤਾਂ ਕੋਈ ਦੁੱਖ ਨਹੀਂ ਆਪਾਂ ਨੂੰ ਤਾਂ ਕੋਈ ਦੁੱਖ ਨਹੀਂ ਆਪਣਾ ਨਾ ਕਿਸੇ ਨਾਲ ਲੈਣਾ ਦੇਣਾ ਆਪਾਂ ਤਾਂ ਆਪਦੇ ਪੰਜਾਬ ਲਈ ਬੋਲਦੇ ਹਾਂ ਆਪਾਂ ਨੂੰ ਤਾਂ ਕੋਈ ਉਹ ਨਹੀਂ ਹੈਗਾ ਤੇ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਦੇਖ ਤੂੰ ਮੇਰੇ ਨਾਲ ਦਿਆਂ ਨੂੰ ਫੋਨ ਲਾ ਕੇ ਕਹੀ ਜਾਂਦਾ ਇਹਦੇ ਗੋਲੀ ਮਾਰ ਦਾਂਗੇ ਜਾਂ ਊ ਮੈਨੂੰ ਤੂੰ ਗਾਲਾਂ ਕੱਢੀ ਜਾਂਦਾ ਹਾਂ ਮੈਂ ਤਾਂ ਕੋਈ ਮਿਸ ਕਾਲ ਨਹੀਂ ਮਾਰੀ ਮੇਰੀ ਕੋਈ ਮਿਸ ਕਾਲ ਦਿਖਾ ਦੇ ਤੈਨੂੰ ਆਈ ਹੋਵੇ ਮੈਂ ਤਾਂ ਕੋਈ ਮਿਸ ਕਾਲ ਮਾਰੀ ਨਹੀਂ ਮੈਂ ਤਾਂ ਬਾਈ ਸਿੱਧੀ ਗੱਲ ਆ ਜਿਹੜੇ ਤੁਹਾਡੇ ਬੰਦੇ ਨੇ ਮੈਨੂੰ ਫੋਨ ਲਾ ਕੇ ਕਿਹਾ ਗੋਲੀ ਮਾਰਨੀ ਆ ਇਹਨੂੰ ਕਿ ਮਾਰ ਜਾ ਜਿੱਦੇ ਮਾਰਨੀ ਆ ਪਿੰਡ ਪੁੰਡ ਦਿੱਤਾ ਹੋਇਆ ਇਹਨੇ ਮੇਰੇ ਨਾਲ ਦੇ ਯਾਰ ਦੋਸਤ ਨੂੰ ਫੋਨ ਲਾ ਕੇ ਇਹ ਗੱਲ ਕਿਉਂ ਕਹੀ ਠੀਕ ਆ ਇਹਨੇ ਲਾਇਆ ਫੋਨ ਮੇਰੇ ਕੋਲ ਰਿਕਾਰਡਿੰਗ ਪਈ ਆ ਇਹ ਤੂੰ ਪਹਿਲਾਂ ਜਿਹਨੇ ਇਹਨੇ ਮੈਨੂੰ ਫੋਨ ਲਾਇਆ ਉਹ ਵੀ ਰਿਕਾਰਡਿੰਗ ਪਈ ਆ ਠੀਕ ਆ ਆਪਾਂ ਇੱਕ ਵਾਰ ਕੋਈ ਗੱਲ ਨਹੀਂ ਜੇ ਮਾਰਨੀ ਆ ਗੋਲੀ ਮਾਰ ਜਾਓ ਮੈਨੂੰ ਕੋਈ ਚੱਕਰ ਨਹੀਂ ਹੈਗਾ ਬਥੇਰਾ 50 ਵਾਰ ਮੇਰੀ ਗੱਡੀ ਭੰਨ ਗਏ ਕੋਈ ਨਹੀਂ ਪਾਵਰ ਦੀ ਗੱਲ ਨਹੀਂ ਬਾਈ ਨਹੀਂ ਐਟ ਕੁੱਤੇ ਦਾ ਬੈਰ ਜੇ ਨਹੀਂ ਹੈਗਾ ਤਾਂ ਫਿਰ ਗੋਲੀ ਮਾਰਨ ਵਾਲੀ ਗੱਲ ਕਿਉਂ ਕਰਦਾ ਇਹ ਹੈ ਮੈਨੂੰ ਮੇਰੇ ਨਾਲ ਦੇ ਨੂੰ ਫੋਨ ਲਾ ਕੇ ਕਹਿੰਦਾ ਰਫਤਾਰ ਨੂੰ ਸਮਝਾ ਲਓ ਨਹੀਂ ਗੋਲੀ ਮਾਰ ਦਾਂਗੇ ਇਹਦੇ ਆ ਬਾਈ ਤੁਹਾਡੇ ਵਰਗਿਆਂ ਨੇ ਪਹਿਲਾਂ ਹਫ਼ਤਾ ਪਹਿਲਾਂ ਮੇਰੀ ਗੱਡੀ ਭੰਨੀ ਆ ਇਦੋਂ ਪਹਿਲਾਂ ਤਿੰਨ ਵਾਰ ਮੇਰੀਆਂ ਗੱਡੀਆਂ ਭੰਨ ਗਏ ਤੇ ਮੈਂ ਹੁਣ ਦੇਣੀ ਆ ਦਰਖਾਸਤ ਥਾਣੇ ਨਹੀਂ ਨਹੀਂ ਮੈਂ ਨਹੀਂ ਬਖਸ਼ਣਾ ਜਾਂ ਮੈਂ ਮੰਗਾਊ ਇਹਦੇ ਸਾਹਮਣੇ ਲਿਆਓਗੇ ਬੰਦੇ ਨੂੰ ਆਹ ਨੰਬਰ ਨੋਟ ਕਰਾ ਦੇ ਵੀਡੀਓ 'ਚ ਇਹਨਾਂ ਦਾ ਆਇਆ ਹੋਇਆ ਇਹਨਾਂ ਦਾ ਕੱਢਦਾ ਜਲੂਸ 62 8 47 23 4 95 ਆਹ ਨੰਬਰ ਆ ਬਾਈ ਵੀਡੀਓ 'ਚ ਦੇਖ ਲਓ ਨਹੀਂ ਨਹੀਂ ਮੈਂ ਤਾਂ ਅਸੀਂ ਚੱਲਣਾ ਮੈਨੂੰ ਫਿਰ ਫੋਨ ਕਾਹਦੇ ਲਈ ਲਾਉਣੇ ਹੋ ਤੁਸੀਂ ਮੈਨੂੰ ਜਾਣਦੇ ਹੋ ਮੈਂ ਕੌਣ ਆ ਜਾਂ ਮੈਂ ਤੁਹਾਨੂੰ ਜਾਣਦਾ ਹੋਵਾਂ ਸੁਣਾ ਦੇ ਸੁਣਾ ਦੇ ਮੈਂ ਤਾਂ ਕੁਛ ਆਈ ਨੀ ਮੈਂ ਤਾਂ ਮੰਨਦਾ ਹੀ ਨਹੀਂ ਆਪਦੇ ਆਪ ਨੂੰ ਕੁਛ ਮੈਨੂੰ ਐਂ ਦੱਸੋ ਤੁਹਾਡਾ ਮੇਰੇ ਨਾਲ ਬੈਰ ਕੀ ਆ ਨਹੀਂ ਤੁਹਾਡਾ ਮੇਰੇ ਨਾਲ ਬੈਰ ਕੀ ਆ ਮੈਨੂੰ ਫੋਨ ਕਿਉਂ ਲਾਇਆ ਮੇਰੇ ਨਾਲ ਬੈਰ ਕੀ ਆ ਤੁਹਾਡਾ ਆਈ ਲਾਓਗੇ ਲਾਈ ਬਸ ਠੀਕ ਆ ਲਾਓ ਜੀ ਸਦਕੇ ਲਾਓ ਲੈਬੀਆਂ ਤੋਂ ਛੱਡ ਚਾਹੇ ਸਾਰੇ ਮੁਲਕ ਤੋਂ ਕਰਾਈ ਜਾ ਆਪਾਂ ਨੂੰ ਕੋਈ ਚੱਕਰ ਨਹੀਂ
ਉਹ ਮੈਂ ਤਾਂ ਕੁਛ ਹੈ ਹੀ ਨਹੀਂ, ਮੈਂ ਕੀ ਆ, ਮੈਂ ਤਾਂ ਕੁਛ ਵੀ ਨਹੀਂ। ਕੋਈ ਗੱਲ ਨਹੀਂ, ਖੂਨ ਮੇਰਾ ਤਾਂ ਬਾਲੇ ਮਾਰਦਾ ਹੀ ਮਾਰਦਾ, ਤੇਰਾ ਬਾਲਾ ਜ਼ਿਆਦਾ ਮਾਰਦਾ, ਠੀਕ ਹੈ ਨਾ। ਪਹਿਲਾਂ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਤੁਹਾਡਾ ਮੇਰੇ ਨਾਲ ਬੈਰ ਕੀ ਆ, ਮੈਨੂੰ ਇਹ ਗੱਲ ਦਾ ਜਵਾਬ ਦਿਓ। ਉਹ ਤਾਂ ਪੈ ਗਈ, ਉਹ ਤਾਂ ਬਣੀ ਜਾਂਦੀ ਆ, ਵੀਡੀਓ ਤਾਂ ਪੈਣੀ ਹੀ ਆ, ਇਹ ਤਾਂ ਨੀ ਕੋਈ ਸਿਸਟਮ ਆ, ਵੀਡੀਓ ਵੀ ਪੈਣੀ ਆ, ਉਹ ਤਾਂ ਪੈਣੀ ਆ। ਹਾਂ ਹਾਂ, ਉਹ ਵੀਡੀਓ ਤਾਂ ਜਾਨ ਮੇਰੀ ਪੈ ਗਈ, ਵੀਡੀਓ ਦਾ ਨੀ ਕੋਈ ਚੱਕਰ। ਮੈਂ ਤੇਰੇ ਤੋਂ ਪੁੱਛਦਾ, ਜਿਹੜੀਆਂ ਤੂੰ ਗੱਲਾਂ ਕਹੀਆਂ ਸੀ ਗੋਲੀ ਮਾਰਨ ਦੀਆਂ, ਇੰਨਾ ਦਮ ਹੈ ਤੇਰੇ ਚ ਤੂੰ ਗੋਲੀ ਮਾਰ ਜੇ ਮੇਰੇ? ਨਹੀਂ ਨਹੀਂ ਦੱਸ, ਨਹੀਂ ਜਿਹੜਾ ਤੂੰ ਤੂੰ ਪਹਿਲਾਂ, ਅੱਛਾ ਦੀ ਗੱਲ ਨੀ, ਤੂੰ ਮੈਨੂੰ ਦੱਸ ਦੇ ਤੂੰ ਕਿੱਦਾਂ ਗਿਆ, ਤੂੰ ਮੈਨੂੰ ਦੱਸ ਦੇ ਆ ਕੇ। ਦੇਖ ਉਹ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਮੈਨੂੰ ਤੂੰ ਉਹ ਤੂੰ ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਇੱਕ। ਦੇਖ ਇਹੋ ਜਿਹੀਆਂ ਗੱਲਾਂ ਦਾ ਕੋਈ ਤੱਤ ਨੀ, ਜੇ ਕੁਛ ਕਰਨਾ ਕਤਰਨਾ, ਜੇ ਕੁਛ ਕਰਨਾ ਕਤਰਨਾ, ਮੇਰਾ ਪਿੰਡ ਪਾਇਆ ਹੋਇਆ, ਮੇਰੇ ਪਿੰਡ ਆ ਜਾਓ, ਮੈਨੂੰ ਫੋਨ ਲਾਇਆ, ਤੂੰ ਮੈਨੂੰ ਦੱਸ ਦੇ ਭਰਾਵਾ, ਇੱਥੇ ਆ ਕੇ ਤੈਨੂੰ ਮਿਲਣਾ, ਉੱਥੇ ਆ ਕੇ ਗੱਲ ਕਰ ਲਓ। ਜੇ ਕੋਈ ਉਹ ਲਾਗ ਡਾਟ ਵਾਲੀ ਗੱਲ ਆ, ਮੈਨੂੰ ਤਾਂ ਦੱਸ ਦੇ। ਨਹੀਂ ਨਹੀਂ, ਜੇ ਊਂ ਤੇਰੀ ਮੇਰੇ ਨਾਲ ਕੋਈ ਲਾਗ ਡਾਟ ਆ, ਮੈਨੂੰ ਉਹ ਦੱਸ ਦੇ। ਤੂੰ ਮੈਨੂੰ ਫੋਨ ਲਾ ਕੇ ਧਮਕੀਆਂ ਕਿਹੜੀ ਗੱਲ ਤੋਂ ਦਿੰਦਾ, ਮੈਨੂੰ ਐਂ ਦੱਸ। ਨਹੀਂ ਰਫਤਾਰ ਦੀ ਇੱਕ ਵੀ ਮਿਸ ਕਾਲ ਦਿਖਾ ਦੇ, ਰਫਤਾਰ ਕੱਲੀ ਕੱਲੀ ਕਾਲ ਦੀ ਰਿਕਾਰਡਿੰਗ ਕਰਦਾ, ਜੇ ਇੱਕ ਵੀ ਮੇਰੀ ਮਿਸ ਕਾਲ ਤੁਹਾਨੂੰ ਆਈ ਹੋਈ ਤਾਂ ਕਿਉਂ, ਠੀਕ ਹੈ ਨਾ। ਮੈਂ ਕੋਈ ਇੱਥੇ ਬਾਈ ਫੁੱਦੂ ਨਹੀਂ ਤੁਰਿਆ ਫਿਰਦਾ, ਮੇਰਾ ਨੰਬਰ ਜੇ ਸੋਸ਼ਲ ਮੀਡੀਆ ਤੇ ਪਾਇਆ, ਮੈਂ ਤੇਰੇ ਨਾਲ ਦੇਣੇ, ਜੇ ਤੂੰ ਨਹੀਂ ਫੋਨ ਲਾਇਆ, ਤੇਰੇ ਨਾਲ ਦੇਣੇ ਲਾਇਆ, ਉਹਦੇ ਨਾਲ ਗੱਲ ਕਰਾ ਦੇ, ਠੀਕ ਆ। ਮੇਰੀ ਗੱਲ ਹੋ ਗਈ, ਮੈਂ ਦੇਣੀ ਆ ਦਰਖਾਸਤ, ਮੈਂ ਤੁਹਾਨੂੰ ਪਹਿਲਾਂ ਗੱਲ ਦੱਸਤੀ, ਬਾਅਦ ਚੋਂ ਕਿਉਂ ਮੈਨੂੰ ਦੱਸਿਆ ਨਹੀਂ ਸੀ। ਨਹੀਂ ਮੈਂ ਚੱਲ ਆਪਣੀ ਥਾਣੇ ਚ ਹੀ, ਤੇ ਮੈਂ ਤਾਂ ਬਹੁਤ ਕਲਪਿਆ ਪਿਆ, ਤੀਜੇ ਦਿਨ ਮੇਰੀ ਗੱਡੀ ਭੰਨੇ ਜਾਂਦੇ ਹੋ, ਠੀਕ ਆ। ਹੁਣ ਆਪਾਂ ਗੱਲ ਕਲੀਅਰ ਕਰ ਹੀ ਲੈਂਦੇ ਹਾਂ, ਤੁਸੀਂ ਕੌਣ ਹੋ, ਕੀ ਰੌਲਾ। ਆ ਫੇਰ ਕੱਟ ਗਿਆ। ਇਹ ਬੰਦੇ ਨੇ ਬਾਈ, ਆ ਨੰਬਰ ਨੋਟ ਕਰ ਲਓ, ਨੋਟ ਮੈਂ ਇੱਥੇ ਵੀਡੀਓ ਦੇ ਤਾਂ ਵੀ ਪਾ ਦੂ ਨੰਬਰ। ਇਹ ਬੰਦਿਆਂ ਨੇ ਨਾ ਮੇਰਾ ਖੂਨ ਪੀ ਲਿਆ, ਤੀਜੇ ਦਿਨ ਫੋਨ ਲਾ ਕੇ ਮੈਨੂੰ ਧਮਕੀ ਦਿੰਦੇ ਆ ਵੀ ਤੈਨੂੰ ਐਂ ਕਰ ਦਾਂਗੇ, ਉਹ ਕਰ ਦਾਂਗੇ। ਇਹ ਤਾਂ ਚਲੋ ਦੂਜਾ ਨੰਬਰ ਹੀ ਆ, ਅਲਾਈਨਮੈਂਟ ਇਹ ਤਾਂ ਚਲੋ ਇੱਧਰਲਾ ਨੰਬਰ ਆ, ਮੈਂ ਤੁਹਾਨੂੰ ਇੱਧਰੋਂ ਦਿਖਾ ਦਿੰਦਾ, ਪਾਕਿਸਤਾਨ ਚੋਂ ਲੈ ਪਲੱਸ 92 ਵਾਲੇ, ਠੀਕ ਆ, ਤੇ ਪਲੱਸ 92-63 ਪਤਾ ਨਹੀਂ ਕਿੱਥੋਂ ਕਿੱਥੋਂ ਨੰਬਰ ਆਉਂਦੇ ਆ। ਇਹ ਚਲੋ ਮਿੱਟੀ ਪਾਓ, ਆਹ ਹੁਣ ਇੱਧਰੋਂ ਆਪਣੇ ਬਠਿੰਡਿਓਂ ਫੋਨ ਲਾਈ ਜਾਂਦੇ ਆ। ਪਹਿਲਾਂ ਮੇਰੇ ਯਾਰ ਦੋਸਤ ਨੂੰ ਫੋਨ ਲਾਇਆ, ਕਹਿੰਦੇ ਰਫਤਾਰ ਨੂੰ ਸਮਝਾ ਲੈ, ਇਹਦੇ ਗੋਲੀ ਮਾਰ ਦਾਂਗੇ, ਵੀ ਗੋਲੀ ਮਾਰਨ ਦੇ ਲਈ ਵੀ ਸਾਲਿਓ ਐਡਾ ਦਿਲ ਚਾਹੀਦਾ, ਮੇਰੇ ਮੂਹਰੇ ਤਾਂ ਆਓ ਵੀ ਆ ਕੇ ਇੱਥੇ ਕਰੋ ਮੇਰੇ ਨਾਲ ਗੱਲਬਾਤ ਜਿਹੜੀ ਕਰਨੀ ਆ, ਮੈਨੂੰ ਐਂ ਦੱਸ ਦਿਓ ਮੈਂ ਤੁਹਾਡਾ ਮਾੜਾ ਕੀ ਕਰਤਾ, ਕਿਉਂ ਮੈਂ ਤੁਹਾਨੂੰ ਇੰਨਾ ਚਾਹੁੰਦਾ, ਮਰਵਾ ਦਿਓ ਮੈਨੂੰ ਨਿਤ ਦੇ ਕੰਜਰਖਾਨੇ ਨਾਲੋਂ, ਇੱਕ ਦਿਨ ਹੀ ਕੰਮ ਨਿਬੇੜ ਦਿਓ ਮੇਰਾ। ਕਦੇ ਗੱਡੀ ਭੰਨੇ ਆਉਂਦੇ ਆ, ਕਦੇ ਗੱਡੀ ਦਾ ਕੁਛ ਭੰਨਦਾ, ਕਦੇ ਕੁਛ ਭੰਨਦਾ, ਕਦੇ ਘੇਰ ਕੇ ਕੁਛ ਕਰ, ਮੈਂ ਤਾਂ ਤਪਿਆ ਪਿਆ, ਇੱਕ ਦਿਨ ਮੇਰੇ ਗੋਲੀ ਮਾਰੋ, ਮੇਰਾ ਕੰਮ ਨਿਬੇੜੋ, ਤੁਹਾਨੂੰ ਚੈਨ ਮਿਲ ਜੂਗਾ। ਮੇਰਾ ਗਨਾਹ ਦੱਸੋ ਕੀ ਆ, ਮੈਂ ਪੰਜਾਬ ਲਈ ਬੋਲਦਾ ਤੇ ਮੈਂ ਕੀ ਮਾੜਾ ਕਰਦਾ ਤੁਹਾਡਾ, ਮੈਂ ਆਪਦੇ ਘਰਦੇ ਲਈ ਤੁਰਿਆ ਫਿਰਦਾ। ਆ ਦੂਜੇ ਜਿਹੜੇ ਕਹਿੰਦੇ ਆ ਵੀ ਪੈਸੇ ਬਣਾਉਣ ਦਾ ਮਾਰਾ ਬੋਲਦਾ, ਆ ਸੁਣ ਲਓ ਜਵਾਬ, ਹੁਣ ਕੀ ਸਬੂਤ ਦਵਾਂ ਮੈਂ ਤੁਹਾਨੂੰ, ਇਦੂ ਉੱਤੇ ਹੁਣ ਕੀ ਹੋ ਸਕਦਾ। ਸਵੇਰੇ ਉੱਠੀ ਦਾ ਚਾਹ ਦਾ ਗਲਾਸ ਨਹੀਂ ਹੱਥ 'ਚ ਫੜਿਆ ਹੁੰਦਾ, ਪਹਿਲਾਂ ਆ ਜਾਂਦਾ ਫੋਨ, ਤੈਨੂੰ ਮਾਰ ਦਾਂਗੇ, ਤੈਨੂੰ ਗੋਲੀ ਮਾਰ ਦਾਂਗੇ, ਤੈਨੂੰ ਐਂ ਕਰ ਦਾਂਗੇ, ਤੈਨੂੰ ਉਹ ਕਰ ਦਾਂਗੇ, ਸਾਲੀ ਨਿਰਨੇ ਕਾਲ ਜੇ ਧਮਕੀ ਮਿਲਦੀ ਹੈ ਨਿੱਤ ਮੈਨੂੰ। ਆਹ ਜਿਹੜਾ ਨੰਬਰ ਆ ਆਪਾਂ ਕਰਾਉਣੀ ਆ, ਪਹਿਲਾਂ ਇਹ ਤੇ ਚੱਲਣਾ ਕਾਨੂੰਨੀ ਤੌਰ ਦੇ ਨਾਲ, ਜੇ ਕਾਨੂੰਨ ਸਾਥ ਦਿੰਦਾ ਠੀਕ ਆ, ਨਹੀਂ ਆਪਾਂ ਫਿਰ ਆਪਦੇ ਹਿਸਾਬ ਨਾਲ ਦੇਖਾਂਗੇ। ਸਭ ਤੋਂ ਪਹਿਲਾਂ ਮੈਂ ਦਰਖਾਸਤ ਦੇਣੀ ਆ, ਨਹੀਂ ਕੱਲ ਨੂੰ ਕਹਿ ਦਿੰਦੇ ਆ ਵੀ ਕਾਨੂੰਨ ਹੱਥ 'ਚ ਲਿਆ, ਫਲਾਨਾ ਕੀਤਾ, ਧਮਕਾ ਕੀਤਾ, ਅੱਜ ਚੱਲ ਚਾਰ ਲੋਕ ਆਪਾਂ ਨੂੰ ਜਾਣਦੇ ਆ, ਆਪਾਂ ਨਹੀਂ ਕੋਈ ਗੱਲ ਆਪਦੇ ਸਿਰ ਲੈਣੀ। ਸਭ ਤੋਂ ਪਹਿਲਾਂ ਮੈਂ ਜਾਊਂਗਾ ਜੇ ਥਾਣੇ, ਆ ਨੰਬਰ ਦੇ ਕੇ ਆਉਣਾ ਜਿਹੜਾ ਹੈਗਾ, ਵੀ ਭਾਈ ਇਹਦਾ ਕਰੋ ਪਤਾ, ਇਹ ਤੇ ਕਾਨੂੰਨੀ ਕਾਰਵਾਈ ਕਰੋ ਜਿਹੜੀ ਹੁੰਦੀ ਆ। ਤੀਜੇ ਦਿਨ ਤਪਾਇਆ ਪਿਆ ਵੀ ਇਹਨਾਂ ਨੇ ਤਾਂ ਖੇਡ ਹੀ ਸਮਝ ਲਈ, ਵੀ ਰਫਤਾਰ ਤਾਂ ਉਈ ਤੁਰਿਆ ਫਿਰਦਾ, ਵੀ ਇਹਨੂੰ ਐਂ ਦਬਾਲਾਂਗੇ, ਇਹ ਬੈਮ ਕੱਢ ਦਿਓ ਵੀ ਆ ਤੁਹਾਡੀਆਂ ਲੰਡੂ ਧਮਕੀਆਂ ਦੇ ਨਾਲ ਮੈਂ ਦਬ ਜੂੰਗਾ, ਜਾਂ ਤੁਸੀਂ ਵੀ ਮੈਨੂੰ ਮਾਰ ਕੇ ਮੇਰੀ ਆਵਾਜ਼ ਦਬਾਲੋਗੇ, ਇਹ ਵੀ ਤੁਸੀਂ ਵਹਿਮ ਆਪਦੇ ਦਿਮਾਗ ਚੋਂ ਕੱਢ ਦਿਓ।
ਜੇ ਇੱਕ ਰਫਤਾਰ ਮਰ ਗਿਆ ਪਿੱਛੇ ਬਥੇਰੇ ਨੇ, ਪਿੱਛੇ ਬਥੇਰੇ ਬੈਠੇ ਆ, ਠੀਕ ਆ ਨਾ। ਦੀਪ ਸਿੱਧੂ ਚਲਿਆ ਗਿਆ ਦੁਨੀਆ ਤੋਂ, ਮੂਸੇ ਵਾਲਾ ਚਲਿਆ ਗਿਆ, ਕੋਈ ਗੱਲ ਨੀ, ਪਿੱਛੇ ਦੀਪ ਹੋਰ ਬਥੇਰੇ ਆ। ਜਾਣ ਤਾਂ ਚਲੋ ਇੱਕ ਨੇ ਰੱਬ ਨੂੰ ਦੇਣੀ ਹੋਈ ਆ, ਆਏ ਚਲੋ ਲੇਖੇ ਲੱਗ ਜੂ ਪੰਜਾਬ ਦੇ, ਨਾਲੇ ਲੋਕਾਂ ਦੇ ਵਹਿਮ ਨਿਕਲ ਜਾਣਗੇ। ਜਿਹੜੇ ਕਹਿੰਦੇ ਆ ਫੇਮ ਨੂੰ ਬੋਲਦਾ, ਜਿਹੜੇ ਕਹਿੰਦੇ ਆ ਪੈਸੇ ਬਣਾਉਣ ਨੂੰ ਬੋਲਦਾ, ਮੈਂ ਤਾਂ ਕਹਿੰਦਾ ਵੱਜੇ ਮੇਰੇ ਗੋਲੀ, ਮਾਰਨ ਆ ਗਏ ਸ਼ਾਮ ਨੂੰ, ਤਾਂ ਕਿ ਪਤਾ ਲੱਗੇ ਜਿਹੜੇ ਸਾਲੇ ਮੇਰੇ ਤੇ ਇਲਜ਼ਾਮ ਲਾਉਂਦੇ ਆ ਨਿੱਤ ਨਵੇਂ ਨਵੇਂ। ਆਹ ਹੁਣ ਮੈਂ ਨੰਬਰ ਦੇਣਾ, ਜੇ ਕੋਈ ਕਾਰਵਾਈ ਹੁੰਦੀ ਆ ਠੀਕ ਆ, ਨਹੀਂ ਇਹਨੂੰ ਆਪਦੇ ਤਰੀਕੇ ਦੇ ਨਾਲ ਦੇਖਾਂਗੇ, ਬਸ ਗੱਲ ਮੁੱਕੀ, ਫਿਰ ਦੇਖਾਂਗੇ ਇਹਨਾਂ ਦਾ ਕੀ ਕਰਨਾ ਕੀ ਨਹੀਂ ਕਰਨਾ। ਤੇ ਬਾਕੀ ਜਿਹੜੇ ਆ ਮੈਨੂੰ ਬੋਲਦੇ ਹੁੰਦੇ ਆ ਉਹਨਾਂ ਨੂੰ ਜਵਾਬ ਮਿਲ ਗਿਆ ਹੋਣਾ, ਤੇ ਮੈਂ ਨੰਬਰ ਦੁਬਾਰੇ ਤੁਹਾਨੂੰ ਨੋਟ ਕਰਾ ਦਿੰਦਾ। ਆ 62 ਵਾਲਾ ਸੀ ਆ 95, ਆ 62 8 47 23 4 95 ਆਹ ਨੰਬਰ ਆ, ਤੇ ਇਹਨਾਂ ਦਾ ਕਰਦੇ ਆ ਹਿਸਾਬ ਕਿਤਾਬ ਹੁਣ।